ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਿਆ ਹਾਂ ਕਥੀ ਕਥੇ ਕਤ ਦੇਖਾਂ ਮੈਂ ਅਕੰਥ ਨਾ ਕਥ ਨਾ ਜਾਈ ਜੋ ਤੁਧ ਭਾਵੈ ਸੋਈ ਅਖਾਂ ਤਿਲ ਤੇਰੀ ਵੜਾਈ ਏਤੇ ਕੁਕਰ ਹਉ ਬੇਗਾਨਾ ਭੌਂ ਕਾ ਇਸਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਮੋਗੇ ਉਚਰਾਏ ਸ਼ਾਸਤਰ ਘਟ ਪਿੰਗ ਗਰਣ ਚੜ ਜਾਏ ਅੰਧ ਲਖੈ ਬਦਰੋ ਸੁਣੈ ਜਉ ਕਾਨ ਕਿਰਪਾ ਕਰਾਈ ਕਾਹ ਬੋਧ ਪ੍ਰਾਪਤੋਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਵਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਜੇ ਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸ ਨ ਦਾਸ ਕਹੈ ਜਨ ਨਾਨਕ ਜੇ ਹਾ ਤੂੰ ਕਰਾਇ ਹੈ ਤੇ ਹਾਂ ਹਾਂ ਕਰੀ ਵਖਿਆ ਨ ਬੇਸ਼ੁਮਾਰ ਅਥਾ ਅਗਨਤ ਅਤੋਲ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਤਨ ਤਨ ਸਾਹਿਬੇ ਕਮਾਲ ਜਾਗਤ ਜੋਤ ਸਰਬੇ ਕਾਇਨਾਤ ਦੇ ਮਾਲਕ ਦਸਾਂ ਪਾਤਸ਼ਾਹਿਆਂ ਦੀ ਆਤਮਕ ਜੋਤ ਗੁਰਤਾ ਗਦੀ ਸੁਭਾਇਮਾਨ ਚਵਰ ਸ਼ਤਰ ਤਖੰਦ ਦੇ ਮਾਲਕ ਦੀਨਾ ਬੰਦੂ ਭਗਤ ਵਛਲ ਕਰਣਾ ਨਿਧਾਨ ਕਲਜੁਕੇ ਰੱਖੇ ਗਿਆਨ ਨਾਮ ਬਾਣੀ ਕੇ ਬੋਹਿਤ ਰਾਜਾਨ ਰਾਜ ਭਾ ਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਗਿਆਨ ਸਰੂਪ ਨਾਮ ਸਰੂਪ ਬਾਣੀ ਸਰੂਪ ਪ੍ਰਤੱਖ ਸਤਿਗੁਰੂ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ અપਾਰ ਬਖਸ਼ਿਸ਼ ਰਹਿਮਤ ਦਾ صدਕਾ ਆ ਕੁਝ ਸਮਾਂ ਸਾਹਿਬ ਜੀ ਨੂੰ ਨਾਤਮਸਤਕ ਹੋਣ ਦਾ ਕੁਝ ਯਤਨ ਕਰਿਏ ਸਾਹਿਬ ਦੀ ਕੁਝ ਮਹਿਮਾ ਉਪਮਾ ਵਡਿਆਈ ਕਰਨ ਦਾ ਕੋਈ ਯਤਨ ਕਰੀਏ ਸੋ ਸਤਿਗੁਰ ਪਾਤਸ਼ਾਹ ਜੀ ਨੇ ਬੜੀ ਕਿਰਪਾ ਕੀਤੀ ਹੈ ਆਓ ਵਿਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਪਾਤਸ਼ਾਹ ਜੀ ਨੇ ਬੜੀ ਰਹਿਮਤ ਕੀਤੀ ਹੈ ਜੋ ਕੁਝ ਸਮਾ ਸਤਸੰਗਤ ਕਰਨ ਦਾ ਸੁਭਾਗ ਬਖਸ਼ਿਸ਼ ਕੀਤਾ ਹੈ ਵਡ ਭਾਗੀ ਹਰ ਸੰਗਤ ਪਾਵੇ ਵੱਡਿਆਂ ਭਾਗਾਂ ਕਰਕੇ ਸਤ ਸੰਗ ਦੀ ਪ੍ਰਾਪਤੀ ਹੈ ਵਡ ਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਕੋਈ ਸਤਗੁਰ ਪਾਤਸ਼ਾਹ ਰਹਿਮਤਾਂ ਕਰਨ ਆਓ ਗੁਰਬਾਣੀ ਅਨੁਸਾਰ ਜੋ ਪਹਿਲਾਂ ਕੁਝ ਵਿਸ਼ੇ ਤੇ ਸਾਝ ਪਾਉਣ ਦਾ ਜੋ ਸਮਾ ਮਹਾਰਾਜ ਨੇ ਬਖਸ਼ਿਸ਼ ਕੀਤਾ ਸੀ ਸੇਵਾ ਦੇ ਪ੍ਰਥਾਏ ਕੁਝ ਬਚਨ ਪਿਛਲੇ ਸਮੇਂ ਦੇ ਅੰਦਰ ਸਾਂਝੇ ਕੀਤੇ ਗਏ ਹੈ ਤੇ ਉਸ ਤੋਂ ਅੱਗੇ ਜੋ ਸਿਮਰਨ ਸਾਹਿਬ ਸਤਗੁਰ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਜੋ ਸਿਮਰਨ ਕਰਨ ਦਾ ਸੰਕਲਪ ਲਿਆ ਹੈ ਜੋ ਸਾਨੂੰ ਸਿੱਖਿਆ ਦੇਣ ਦਾ ਜੋ ਸਤਗੁਰ ਪਾਤਸ਼ਾਹ ਜੀ ਨੇ ਜੋ ਬਚਨ ਉਚਾਰਨ ਕੀਤੇ ਨੇ ਬਾਣੀ ਦੇ ਅੰਦਰ ਸਿਮਰਨ ਕੀ ਹੈ ਸਿਮਰਨ ਪ੍ਰਭੂ ਪਰਮੇਸ਼ਰ ਨੂੰ ਯਾਦ ਕਰਨਾ ਉਸ ਆਕਾਰ ਪੁਰਖ ਦਾ ਚਿੰਤਨ ਕਰਨਾ ਸਿਮਰਨ ਕਰਨਾ ਉਹਦੀ ਯਾਦ ਵਿੱਚ ਸਮਾਂ ਬਤੀਤ ਕਰਨਾ ਪ੍ਰਭੂ ਦੇ ਯਾਦ ਵਿੱਚ ਸਮਾਂ ਜਿਤਨਾ ਵੀ ਬਤੀਤ ਹੋਵੇ ਚਿੰਤਨ ਦੇ ਵਿੱਚ ਸਮਾਂ ਜਿਤਨਾ ਬਤੀਤ ਹੋਵੇ ਸਿਮਰਨ ਕਹ ਹੁੰਦਾ ਹੈ ਸਾਡੇ ਹਿਰਦੇ ਅੰਦਰ ਜੋ ਸਿਮਰਨ ਚੱਲਦਾ ਹੈ ਔਰ ਉਹ ਸਿਮਰਨ ਜੀਦੀ ਸਾਡੇ ਹਿਰਦੇ ਅੰਦਰ ਬਾਰ-ਬਾਰ ਯਾਦ ਆਉਣੀ ਹੈ ਬਾਰ-ਬਾਰ ਅਸੀਂ ਉਹਦਾ ਚਿੰਤਨ ਕਰਦੇ ਹਾਂ ਗੁਰੂ ਪਿਆਰਿਓ ਸਿਮਰਨ ਜੋ ਸਤਗੁਰੂ ਪਾਤਸ਼ਾਹ ਨੇ ਬਾਣੀ ਦੇ ਅੰਦਰ ਫਰਮਾਨ ਕੀਤਾ ਹੈ ਜੀਵ ਚਾਹੁੰਦਾ ਹੈ ਕਿ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਜਾਏ ਇਨਸਾਨ ਚਾਹੁੰਦਾ ਹੈ ਕਿ ਮੈਨੂੰ ਸੁਖ ਹੀ ਸੁਖ ਮਿਲ ਜਾਣ ਅੱਜ ਬਹੁਤੀ ਗਣਤੀ ਸਾਡੀ ਉਹਨਾਂ ਵਿੱਚੋਂ ਹੈ ਕਿ ਜਿਹੜੇ ਇਹ ਕਹਿੰਦੇ ਆ ਵੀ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਹੈ। ਗੁਰੂ ਘਰਾਂ ਦੇ ਅੰਦਰ ਜਾਈਏ ਤਾਂ ਅਸੀਂ ਗੁਰੂ ਘਰ ਦੇ ਵਜ਼ੀਰ ਜਿਹੜੇ ਸਿੰਘ ਨੇ ਅਰਦਾਸੀਏ ਸਿੱਖ ਨੇ ਉਹਨਾਂ ਤੋਂ ਅਸੀਂ ਅਰਦਾਸ ਕਰਵਾਉਨੇ ਆ ਕਿ ਸੁਖ ਸ਼ਾਂਤੀ ਚੜ੍ਹਦੀ ਕਲਾ ਚਾਹੀਦੀ ਹੈ। ਬਹੁਤੀ ਗਣਤੀ ਹੈ। ਔਰ ਸਾਰੇ ਚਾਹੁੰਦੇ ਆ ਵੀ ਸੁਖ ਸ਼ਾਂਤੀ ਹੋਵੇ ਚੜ੍ਹਦੀ ਕਲਾ ਹੋਵੇ। ਸੋ ਖਾਂ ਦੀ ਇੱਛਾ ਸਾਰਿਆਂ ਨੂੰ ਹੈ ਤੇ ਸਤਿਗੁਰ ਪਾਤਸ਼ਾਹ ਜੀ ਗੁਰਬਾਣੀ ਅੰਦਰ ਫਰਮਾਨ ਕਰਦੇ ਆ ਕਿ ਜਿੰਨੇ ਵੀ ਸੁੱਖ ਤੈਨੂੰ ਚਾਹੀਦੇ ਤੈਨੂੰ ਪ੍ਰਾਪਤ ਹੋ ਜਾਣਗੇ ਕਰਨਾ ਕੀ ਹੈ ਇੱਕੋ ਹੀ ਕਰਤਵ ਕਰਨ ਵਾਲਾ ਨਾਰਾਇਣ ਸਾਹਿਬ ਜੀ ਕਹਿੰਦੇ ਐ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਿ ਤੂੰ ਸਿਮਰਨ ਕਰ ਪ੍ਰਭੂ ਨੂੰ ਸਿਮਰਨ ਕਰ ਸਿਮਰੋ ਸਿਮਰ ਸਿਮਰ ਬਾਰ-ਬਾਰ ਸਿਮਰਨ ਕਰ ਬਾਰ-ਬਾਰ ਚੇਤੇ ਕਰ ਉਸ ਪ੍ਰਭੂ ਨੂੰ ਬਾਰ-ਬਾਰ ਉਹਦਾ ਚਿੰਤਨ ਕਰ ਚੇਤੇ ਕਰ ਉਸ ਪਰਮੇਸ਼ਰ ਨੂੰ ਇਹ ਸਿਮਰਨ ਕਰ ਸਿਮਰਨ ਕਰਨ ਦੇ ਨਾਲ ਤੈਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਏਗੀ ਪ੍ਰਾਪਤ ਕਰ ਲੈ ਜਿੰਨੇ ਮਰਜ਼ੀ ਚਾਹ ਲੈ ਸਿਮਰੋ ਸਿਮਰ ਸੇਮਾਰਾ ਸੁਖ ਪਾਵੋ ਔਰ ਕਹਿੰਦੇ ਇੱਥੇ ਹੀ ਵਸ ਨਹੀਂ ਤੂੰ ਸੁਖ ਚਾਹਨਾ ਸੁਖ ਵੀ ਪ੍ਰਾਪਤ ਹੋ ਜਾਣਗੇ ਤੇ ਨਾਲ ਹੋਰ ਕਿਹੜੀ ਪ੍ਰਾਪਰਤੀ ਹੈ ਤੇ ਮਹਾਰਾਜ ਸਾਹਿਬ ਜੀ ਨਾਲ ਹੋਰ ਵੀ ਦਰਸਾਉਂਦੇ ਆ ਕਲ ਕਲੇਸ਼ ਤਨ ਮਾਹੇ ਮਿਟਾਵੋ ਕਲਾ ਕਲੇਸ਼ ਵੀ ਮਿਟ ਜਾਣਗੇ ਤੈਨੂੰ ਸੁਖ ਚਾਹੀਦੇ ਹੈ ਸੁਖ ਪ੍ਰਾਪਤ ਹੋ ਜਾਣਗੇ ਤੇ ਕਲਾ ਕਲੇਸ਼ ਵੀ ਤੇਰਾ ਦੂਰ ਹੋ ਜਾਏਗਾ ਜਿਹੜੇ ਹਿਰਦੇ ਦੇ ਅੰਦਰ ਕਲਾ ਕਲੇਸ਼ ਚੱਲ ਰਹੇ ਨੇ ਝਗੜੇ ਝਮੇਲੇ ਚੱਲ ਰਹੇ ਨੇ ਮਨ ਦੇ ਨਾਲ ਉਹ ਸਾਰੀ ਖਤਮ ਹੋ ਜਾਣਗੇ ਸਿਮਰਨ ਕਰਨ ਦੇ ਵਿੱਚ ਐਸੀ ਬਖਸ਼ਿਸ਼ ਹੈ ਪਰਮੇਸ਼ਰ ਵੱਲੋਂ ਇਹ ਸਿੱਖਿਆ ਗੁਰੂ ਪਾਤਸ਼ਾਹ ਜੀ ਬਾਣੀ ਦੇ ਵਿੱਚ ਸਾਨੂੰ ਸਮਝਾਉਣਾ ਕਰਦੇ ਸਿਮਰਨ ਔਰ ਐਸਾ ਵੀ ਕੋਈ ਇਨਸਾਨ ਨਹੀਂ ਦੱਸ ਇਹ ਗੱਲ ਵੀ ਕਹਿਣੀ ਚਾਹੁੰਦਾ ਹੈ ਕਿ ਕੋਈ ਵੀ ਹਿਰਦਾ ਐਸਾ ਨਹੀਂ ਜਿਹੜਾ ਸਿਮਰਨ ਨਾ ਕਰਦਾ ਹੋਵੇ ਸਿਮਰਨ ਸਾਰੇ ਕਰਦੇ ਆਂ ਸੀ ਸਾਰੇ ਸਿਮਰਨ ਕਰਦੇ ਹੁਣ ਕੋਈ ਇਹ ਕਹਿ ਸਕਦਾ ਵੀ ਸਿਮਰਨ ਕਿਵੇਂ ਕਰਦੇ ਆਂ ਸਾਰੇ ਹੀ ਸਿਮਰਨ ਕਰਦੇ ਆਂ ਸੀ ਭਾਵੇਂ ਕੋਈ ਛੋਟਾ ਹੈ ਭਾਵੇਂ ਕੋਈ ਵੱਡਾ ਹੈ ਸਿਮਰਨ ਸਾਰਿਆਂ ਦੇ ਹਿਰਦੇ ਵਿੱਚ ਚੱਲਣਾ ਹੈ ਪਰ ਗੱਲ ਇੰਨੀ ਕੀ ਹੈ ਕਿ ਸਿਮਰਨ ਕਰਨ ਦਾ ਤਰੀਕਾ ਵੱਖੋ ਵੱਖਰਾ ਹੈ ਸਿਮਰਨ ਵੱਖੋ ਵੱਖਰਾ ਚੱਲਦਾ ਸਾਰਿਆਂ ਦੇ ਕਿਸੇ ਦੇ ਅੰਦਰ ਕਿਹੋ ਜਿਹਾ ਸਿਮਰਨ ਚੱਲਦਾ ਹੈ ਕਿਸੇ ਦੇ ਕਿਹੋ ਜਿਹਾ ਸਿਮਰਨ ਚੱਲਦਾ ਹੈ ਸਿਮਰਨ ਕੀ ਹੈ ਯਾਦ ਹੈ ਜੀ ਦੇ ਯਾਨ ਕਰਨਾ ਜਿਸ ਨੂੰ ਯਾਦ ਕਰਨਾ ਬਾਰ ਬਾਰ ਸਾਨੂੰ ਚੇਤੇ ਆਉਂਦਾ ਹੈ ਕਿ ਉਹਦਾ ਸਿਮਰਨ ਹੀ ਚੱਲਦਾ ਹੈ ਕਿਸੇ ਦੀ ਯਾਦ ਬਾਰ-ਬਾਰ ਸਾਡੇ ਹਿਰਦੇ ਵਿੱਚ ਆਉਂਦੀ ਹੋਵੇ ਉਹ ਸਿਮਰਨ ਚੱਲਦਾ ਹੈ ਕਿਸੇ ਵਿਅਕਤੀ ਨੂੰ ਸਾਨੂੰ ਮਿਲਣ ਨੂੰ ਚਿਤ ਕਰਦਾ ਤੇ ਉਹਨੂੰ ਬਾਰ-ਬਾਰ ਅਸੀਂ ਚੇਤੇ ਹੀ ਕਰਦੇ ਆਂ ਬਾਰ-ਬਾਰ ਯਾਦ ਕਰਦੇ ਆਂ ਬਾਰ-ਬਾਰ ਉਹਦੀ ਸਿਮਰਤੀ ਕਰਦੇ ਆਂ ਇਹ ਸਿਮਰਨ ਹੈ ਜਦੋਂ ਭੁੱਖ ਲੱਗਦੀ ਹੈ ਤੇ ਆਪਣੇ ਆਪ ਅੰਦਰ ਸਿਮਰਨ ਚੱਲ ਪੈਂਦਾ ਹੈ ਰੋਟੀ ਦਾ ਰੋਟੀ ਰੋਟੀ ਬਾਰ ਬਾਰ ਯਾਦ ਆਉਂਦੀ ਹੈ ਕਿਉਂ ਕਿ ਪ੍ਰਾਣਾਂ ਨੂੰ ਭੁੱਖ ਲੱਗ ਗਈ ਸਿਮਰਨ ਚੱਲ ਪਿਆ ਰੋਟੀ ਦਾ ਤੇ ਰੋਟੀ ਦੀ ਤਲਾਸ਼ ਸ਼ੁਰੂ ਹੋ ਜਾਂਦੀ ਹੈ ਸਿਮਰਨ ਹੈ ਪਿਆਸ ਲੱਗ ਪਈ ਤੇ ਪਾਣੀ ਦਾ ਸਿਮਰਨ ਆਪਣੇ ਆਪ ਸ਼ੁਰੂ ਹੋ ਜਾਂਦਾ ਹੈ ਜਿਸ ਕਿਸੇ ਨੂੰ ਵੀ ਮਿਲਣ ਦੀ ਅੰਦਰ ਇੱਛਾ ਜਾਗਰਤ ਹੋ ਗਈ ਤੇ ਉਹਦਾ ਸਿਮਰਨ ਚੱਲ ਪੈਂਦਾ। ਕੌਣ ਕਹਿੰਦਾ ਵੀ ਸਿਮਰਨ ਨਹੀਂ ਕਰਦੇ ਅਸੀਂ ਸਾਰੇ ਸਿਮਰਨ ਕਰਦੇ ਆਂ ਪਰ ਸਾਡਾ ਸਿਮਰਨ ਕਰਨ ਦਾ ਤਰੀਕਾ ਵੱਖਰਾ ਹੈ। ਸਿਮਰਨ ਕੋਈ ਹੋਰ ਹੀ ਚੱਲਦਾ ਸਾਡੇ। ਜੈਸੀ ਮਿਰਤੀ ਹੈ ਜੇ ਵਿਸ਼ਿਆਂ ਦੀ ਮਿਰਤੀ ਹੈ ਤਾਂ ਬੰਦ ਤੋਂ ਬੰਦ ਜੇ ਵਿਸ਼ਿਆਂ ਦੇ ਵਿੱਚ ਮਿਰਤੀ ਗਲਤਾਨ ਹੋ ਰਹੀ ਹੈ ਤਾਂ ਸਿਮਰਨ ਵਿਸ਼ਿਆਂ ਦਾ ਚੱਲਦਾ ਹੈ। ਵਿਕਾਰਾਂ ਦਾ ਸਿਮਰਨ ਚੱਲ ਪਿਆ ਸਿਮਰਨ ਵੱਖੋ ਵੱਖਰਾ ਕਰਦੇ ਆਂ ਅਸੀਂ ਇਹ ਹੀ ਸਿਮਰਨ ਜੇਕਰ ਕਿਤੇ ਸਾਡੇ ਚਿੱਤ ਦੇ ਅੰਦਰ ਪਰਮੇਸ਼ਰ ਦੀ ਯਾਦ ਦਾ ਬਣ ਜਾਏ ਤੇ ਅਸਲ ਉਹ ਸਿਮਰਨ ਹੋਏਗਾ ਜਿਹਨੂੰ ਮਹਾਰਾਜ ਸਾਹਿਬ ਜੀ ਬਾਣੀ ਦੇ ਵਿੱਚ ਫਰਮਾਨ ਕਰਦੇ ਆ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭੂ ਦਾ ਸਿਮਰਨ ਉਧਰੇ ਮੂਚਾ ਕਿਉਂਕਿ ਪ੍ਰਭੂ ਦਾ ਸਿਮਰਨ ਹੀ ਸਭ ਤੋਂ ਸ੍ਰੇਸ਼ਟ ਹੈ ਸਭ ਤੋਂ ਉੱਚਾ ਹੈ ਜੇ ਪ੍ਰਭੂ ਦਾ ਸਿਮਰਨ ਕਰਨ ਲੱਗ ਜਾਈਏ ਤਾਂ ਸਾਰੇ ਵਿਸ਼ੇਵਕਾਰ ਸਭ ਕੁਝ ਦੂਰ ਹੋ ਜਾਣਗੇ ਪ੍ਰਭ ਕਹਿ ਸਿਮਰਨ ਮਨ ਕੀ ਮਨ ਜਾਏ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਮਹਾਰਾਜ ਸਾਹਿਬ ਕਹਿੰਦੇ ਮਨ ਦੀ ਮੈਲ ਸਾਰੀ ਦੂਰ ਹੋ ਜਾਏਗੀ ਮੈਲ ਕੀਏ ਮਨ ਦੀ ਮੈਲ ਕਿਉਂਕਿ ਬਾਣੀ ਦਾ ਹੀ ਫਰਮਾਨ ਹੈ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆਹੋ ਮਨ ਦੇ ਵਿੱਚ ਐਸੀ ਮੈਲ ਹੈ ਵੇਸ਼ੀਆਂ ਵਕਾਰਾਂ ਦੀ ਈਰਖਾ ਦੀ ਨਿੰਦਿਆ ਦੀ ਚੁਗਲੀ ਦੀ ਇਹ ਮੈਲ ਔਰ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਜਨਮ ਜਨਮਾਂ ਤਰਾਂ ਦੀ ਔਰ ਮੈਲ ਇਕੱਠੀ ਕਰਦਾ ਜਾ ਰਿਹਾ ਹੈ ਇਹਨੇ ਸੁਭਾਅ ਛੱਡਿਆ ਨਹੀਂ ਮੈਲ ਇਕੱਠੀ ਕਰਨ ਦਾ ਜੀਵ ਨੇ ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਆ ਸਿਆਹੋ ਖਨਲੀ ਤੋਤੀ ਉਜਲੀ ਨਾ ਹੋਵਈ ਜੇ ਸੌ ਧੋਵਨ ਪਾਹੋ ਕਹਿੰਦੇ ਜਿਹੜੀ ਇੱਕ ਥੰਢਾਈ ਦੀ ਮੈਲ ਹੁੰਦੀ ਹੈ ਸਭ ਤੋਂ ਖਤਰਨਾਕ ਹੁੰਦੀ ਹੈ ਮੈਲ ਮੈਲ ਦਾ ਫਰਕ ਹੈ ਗੁਰੂ ਪਿਆਰਿਓ ਇੱਕ ਕੰਮ ਕਾਜ ਕਰਦਿਆਂ ਕਰਦਿਆਂ ਕੁਝ ਨਾ ਕੁਝ ਮੈਲ ਲੱਗ ਜਾਂਦੀ ਹੈ ਬਸਤਰਾਂ ਨੂੰ ਤੇ ਇੱਕ ਪਸੀਨੇ ਆਦਿਕ ਗਰਮੀ ਕਰਕੇ ਜੋ ਮੈਲ ਲੱਗਦੀ ਹੈ ਬਸਤਰਾਂ ਨੂੰ ਉਹ ਅਲੱਗ ਤੋਂ ਮੈਲ ਹੈ ਤੇ ਇੱਕ ਥੰਢਾਈ ਦੀ ਮੈਲ ਹੈ ਮੈਲ ਸਾਰੇ ਆਪੋ ਆਪਣੀ ਥਾਂ ਤੇ ਹੈ ਮੈਨ ਸਾਰੀਆਂ ਮਾੜੀਆਂ ਨੇ ਪਰ ਸਭ ਤੋਂ ਖਤਰਨਾਕ ਮੈਲ ਜਿਹੜੀ ਹੈ ਉਹ ਹੈ ਥੰਦੇਾਈ ਦੀ ਮੈਲ ਬਸਤਰ ਨੂੰ ਥੰਦੇਾਈ ਦੀ ਮੈਲ ਲੱਗ ਜਾਏ ਤਾਂ ਫਿਰ ਉਹਦੇ ਲਈ ਬਸਤਰ ਨੂੰ ਉਜਲ ਕਰਨਾ ਬਸਤਰ ਨੂੰ ਸਵੱਛ ਕਰਨਾ ਬਸਤਰ ਨੂੰ ਨਿਰਮਲ ਕਰਨਾ ਉਹਦੇ ਲਈ ਵਿਸ਼ੇਸ਼ ਯਤਨ ਕਰਨਾ ਪੈਂਦਾ ਜੇਕਰ ਥੰਦੇਾਈ ਦੀ ਮੈਲ ਬਸਤਰ ਨੂੰ ਲੱਗ ਜਾਏ ਤਾਂ ਉਹਦੇ ਲਈ ਵਿਸ਼ੇਸ਼ ਯਤਨ ਹੈ ਉਹਦੇ ਲਈ ਕੁਝ ਖਾਸ ਤੌਰ ਤੇ ਮਿਹਨਤ ਮੰਗਦਾ ਹੈ ਬਸਤਰ ਤਾਂ ਕਿਤੇ ਜਾ ਕੇ ਉਹ ਬਸਤਰ ਸ਼ੁੱਧ ਹੁੰਦਾ ਹੈ ਬਸਤਰ ਨਿਰਮਲ ਹੁੰਦਾ ਹੈ ਬਸਤਰ ਉੱਜਲ ਹੁੰਦਾ ਹੈ ਏਸੇ ਤਰ੍ਹਾਂ ਦੀ ਹੀ ਮੈਲ ਸਾਡੇ ਮਨ ਨੂੰ ਲੱਗਦੀ ਹੈ ਗੁਰੂ ਪਿਆਰਿਓ ਇਹ ਜਿਹੜੀ ਥੰਧਾਈ ਦੀ ਮੈਲ ਸਭ ਤੋਂ ਖਤਰਨਾਕ ਮੈਲ ਹੈ ਉਹ ਹੈ ਵਿਸ਼ਿਆ ਵਕਾਰਾਂ ਦੀ ਮੈਲ ਇਹ ਹੈ ਥੰਧਾਈ ਦੀ ਮੈਲ ਜਿਸ ਮੈਲ ਨੂੰ ਉਤਾਰਨਾ ਹੋਵੇ ਤਾਂ ਇਹਦੇ ਲਈ ਵਿਸ਼ੇਸ਼ ਯਤਨ ਕਰਨਾ ਪੈਂਦਾ ਹੈ। ਬਿਮਾਰਾ ਸਾਹਿਬ ਜੀ ਕਹਿੰਦੇ ਐ ਪ੍ਰਮਕ ਹੈ ਸਿਮਰਨ ਮਨ ਕੀ ਮਨ ਜਾਏ ਮਨ ਦੀ ਮਹਿਰ ਸਾਰੀ ਉਤਰ ਜਾਂਦੀ ਹੈ। ਕਿਉਂਕਿ ਸੀੜੀ ਮਤ ਹੈ ਮਨ ਹੈ ਇਹ ਭਰੀ ਹੋਈ ਹੈ ਮੈਲ ਦੇ ਨਾਲ ਭਰੀ ਹੈ ਮਤ ਪਾਪਾਂ ਕੈ ਸੰਗ ਤੇ ਕਹਿੰਦੇ ਫਿਰ ਉਹਨੂੰ ਢੋਣ ਵਾਸਤੇ ਯਤਨ ਕਿਹੜਾ ਹੈ ਉਹ ਧੋਪੈ ਨਾਵੈ ਕੈ ਰੰਗ ਇਹ ਹੈ ਨਾਮ ਦਾ ਸਿਮਰਨ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਜਦੋਂ ਮੈਲ ਚਲੀ ਗਈ ਪ੍ਰਭੂ ਦੇ ਸਿਮਰਨ ਕਰਨ ਦੇ ਨਾਲ ਮਨ ਦੀ ਸਾਰੀ ਮੈਲ ਜਦੋਂ ਦੂਰ ਹੋ ਗਈ ਤੇ ਫਿਰ ਮਹਾਰਾਜ ਕਹਿੰਦੇ ਪ੍ਰਾਪਤੀ ਕੀ ਹੋਏਗੀ ਅਮਰਿਤ ਨਾਮ ਰਿਦ ਮਾਹੇ ਸਮਾਏ ਪਰਮੇਸ਼ਰ ਦਾ ਅਮਰਤ ਰੂਪੀ ਨਾਮ ਹਿਰਦੇ ਦੇ ਵਿੱਚ ਸਮਾਜ ਜਾਏਗਾ ਸਦਾ ਵਾਸਤੇ ਇਹ ਹੈ ਪ੍ਰਭੂ ਦੇ ਸਿਮਰਨ ਦੀ ਤਾਕਤ ਪ੍ਰਮਕਾ ਸਿਮਰਨ ਸਭ ਤੋਂ ਉੱਚਾ ਪ੍ਰਮਕੈ ਸਿਮਰਨ ਉਧਰੇ ਮੂਚਾ ਪ੍ਰਮਕੈ ਸਿਮਰਨ ਤ੍ਰਿਸ਼ਨਾ ਮੁਝੈ ਤ੍ਰਿਸ਼ਨਾ ਵੀ ਬੁੱਝ ਜਾਂਦੀ ਹੈ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਭਰਮ ਕਾ ਸਿਮਰਨ ਸਮ ਕੈ ਸੋਜੈ ਸਾਰਾ ਕੁਝ ਸੋਝੀ ਵਿੱਚ ਆ ਜਾਂਦਾ ਹੈ ਪ੍ਰਭੂ ਦਾ ਸਿਮਰਨ ਕਰਕੇ ਕੋਈ ਵੇਖੇ ਤਾਂ ਸਹੀ ਮਹਾਰਾਜ ਸਾਹਿਬ ਜੀ ਨੇ ਜਿੱਥੇ ਸਿਮਰਨ ਕਰਨ ਦੀ ਗੱਲ ਦੱਸੀ ਹੈ ਦਰਸਾਈ ਹੈ ਸਾਨੂੰ ਤੇ ਉੱਥੇ ਇਹ ਵੀ ਦੱਸਦੇ ਆ ਕਿ ਜੇ ਬਿਨਾਂ ਸਿਮਰਨ ਤੋਂ ਜੀਵਨ ਹੈ ਤਾਂ ਫਿਰ ਉਹਦਾ ਹਾਲ ਕੀ ਹੈ ਬਿਨਾਂ ਸਿਮਰਨ ਤੋਂ ਜਿਸ ਵਿਅਕਤੀ ਦਾ ਜੀਵਨ ਬਿਨਾਂ ਸਿਮਰਨ ਤੋਂ ਐ ਤੇ ਫਿਰ ਉੱਤੇ ਹਾਲਤ ਕੀ ਐ ਮਹਾਰਾਜ ਸਾਹਿਬ ਬਾਣੀ ਵਿੱਚ ਫਰਮਾਨ ਕਰਦੇ ਐ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਮਹਾਰਾਜ ਸਾਹਿਬ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਬਿਨ ਸਿਮਰਨ ਜੋ ਜੀਵਨ ਕਹਿੰਦੇ ਜਿਹੜਾ ਜੀਵਨ ਬਿਨਾਂ ਸਿਮਰਨ ਤੋਂ ਐ ਕਹਿੰਦੇ ਬਲਣਾ ਬਲ ਰਿਹਾ ਸੜ ਰਿਹਾ ਜਿਵੇਂ ਅੱਗ ਬਲਦੀ ਹੁੰਦੀ ਹੈ ਏਸੇ ਤਰ੍ਹਾਂ ਹਿਰਦੇ ਦੇ ਅੰਦਰ ਉਹ ਭਾਂਬੜ ਬਲ ਰਹੇ ਨੇ ਵਿਸ਼ਿਆਂ ਦੇ ਵਿਕਾਰਾਂ ਦੇ ਕਿਉਂਕਿ ਸਿਮਰਨ ਨਹੀਂ ਹੈ ਜੀਵਨ ਦੇ ਅੰਦਰ ਬਿਨ ਸਿਮਰਨ ਜੋ ਜੀਵਨ ਬਲਣਾ ਤੇ ਕਹਿੰਦੇ ਫਿਰ ਉਸ ਵਿਅਕਤੀ ਦੀ ਉਮਰ ਕਿਵੇਂ ਮਤੀਤ ਹੁੰਦੀ ਹੈ ਨਾਲ ਉਦਾਹਰਨ ਦੇ ਕੇ ਮਹਾਰਾਜ ਸਮਝਾਉਂਦੇ ਐ ਸਰਪ ਜੈਸੀ ਅਰਜਾਰੀ ਕਹਿੰਦੇ ਜਿਵੇਂ ਸੱਪ ਦੀ ਆਰਜੂ ਹੈ ਜਿਵੇਂ ਸੱਪ ਦੀ ਉਮਰ ਹੈ ਸੱਪ ਦੀ ਆਰਜੂ ਕਿਵੇਂ ਮਰੀਤ ਹੁੰਦੀ ਹੈ ਗੁਰੂ ਪਿਆਰਿਓ ਸੱਪ ਬੇਚੈਨ ਹੋਇਆ ਰਹਿੰਦਾ ਤੰਗ ਹੋਇਆ ਰਹਿੰਦਾ ਦੁਖੀ ਹੋਇਆ ਰਹਿੰਦਾ ਕਿਉਂ ਕਿਉਂਕਿ ਉਹਦੇ ਅੰਦਰ ਜਿਹੜੀ ਜ਼ਹਿਰ ਹੈ ਉਹ ਆਪਣੀ ਜ਼ਹਿਰ ਦੇ ਨਾਲ ਹੀ ਤੰਗ ਹੋਇਆ ਰਹਿੰਦਾ ਔਰ ਜਿਵੇਂ ਜਿਵੇਂ ਉਹਦੀ ਆਰਜੂ ਉਹਦੀ ਉਮਰ ਵੱਧਦੀ ਜਾਂਦੀ ਹੈ ਉਸੇ ਤਰ੍ਹਾਂ ਉਹਦੇ ਅੰਦਰ ਜਿਹੜੀ ਜ਼ਹਿਰ ਹੈ ਉਹ ਵੀ ਵੱਧਦੀ ਜਾਂਦੀ ਹੈ ਤੇ ਉਹਦੇ ਜ਼ਹਿਰ ਵਧਨ ਦੇ ਨਾਲ ਨਾਲ ਤੇ ਉਹਦੀ ਜਿਹੜੀ ਬੇਚੈਨੀ ਹੈ ਜਿਹੜਾ ਉਹਦਾ ਦੁੱਖ ਹੈ ਦੁਖੀ ਹੁੰਦਾ ਹੈ ਤੰਗ ਪਰੇਸ਼ਾਨ ਜਿਹੜਾ ਹੁੰਦਾ ਹੈ ਉਹ ਆਪਣੇ ਆਪ ਤੋਂ ਜ਼ਹਿਰ ਕਰਕੇ ਤੇ ਉਸੇ ਤਰ੍ਹਾਂ ਉਹਦੀ ਉਹ ਤਕਲੀਫ ਵੱਧਦੀ ਜਾਂਦੀ ਹੈ ਉਹ ਹੋਰ ਦੁਖੀ ਹੋਇਆ ਰਹਿੰਦਾ ਹੈ ਹੋਰ ਬੇਚੈਨ ਹੋਇਆ ਰਹਿੰਦਾ ਹੈ ਹੋਰ ਤੰਗ ਹੋਇਆ ਰਹਿੰਦਾ ਹੈ ਜਿਵੇਂ ਜਿਵੇਂ ਉਮਰ ਵੱਧ ਰਹੀ ਹੈ ਉਵੇਂ ਉਵੇਂ ਉਹਦੇ ਅੰਦਰ ਜਿਹੜੀ ਜ਼ਹਿਰ ਹੈ ਉਹ ਵੀ ਵੱਧ ਰਹੀ ਹੈ ਤੇ ਜ਼ਹਿਰ ਕਰਕੇ ਹੀ ਉਹ ਤੰਗ ਹੋਇਆ ਰਹਿੰਦਾ ਹੈ ਮਹਾਰਾਜ ਸਾਹਿਬ ਜੀ ਕਹਿੰਦੇ ਐ ਸਰਪ ਜੈਸੇ ਅਰਜਾਰੀ ਕਹਿੰਦੇ ਜਿਵੇਂ ਸੱਪ ਦੀ ਯਾਰ ਜੂ ਉਮਰ ਹੈ ਏਸੇ ਤਰ੍ਹਾਂ ਉਸ ਜੀਵ ਦੀ ਜੀ ਬਿਨਾ ਸਿਮਰਨ ਤੋਂ ਆਰਜੂ ਲੰਘ ਰਹੀ ਐ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ ਇਸੇ ਤਰ੍ਹਾਂ ਉਹ ਜੀਵ ਜਿਹਦੇ ਹਿਰਦੇ ਅੰਦਰ ਵਿਸ਼ੇ ਵਕਾਰਾਂ ਦੀ ਜ਼ਹਿਰ ਜਿਹੜੀ ਐ ਵਧਦੀ ਜਾਂ ਰਹੀ ਐ ਜਿਵੇਂ ਜਿਵੇਂ ਆਰਜੂ ਉਮਰ ਵੱਧ ਰਹੀ ਐ ਉਸੇ ਤਰ੍ਹਾਂ ਉਹਦੇ ਵਿਸ਼ੇ ਵਕਾਰਾਂ ਦੀ ਬਿਰਤੀ ਵੱਧ ਰਹੀ ਐ ਔਰ ਇਹਨਾਂ ਵਿਸ਼ਿਆਂ ਵਕਾਰਾਂ ਦੀ ਜ਼ਹਿਰ ਕਰਕੇ ਹੀ ਇਹ ਪਰੇਸ਼ਾਨ ਰਹਿੰਦਾ ਹੈ ਅੰਦਰੋਂ ਪਰੇਸ਼ਾਨ ਰਹਿੰਦਾ ਕਦੇ ਕਾਮ ਨੇ ਹਮਲਾ ਕਰਕੇ ਤੰਗ ਕਰ ਦਿੱਤਾ ਕਦੇ ਕ੍ਰੋਧ ਨੇ ਹਮਲਾ ਕਰਕੇ ਤੰਗ ਕਰ ਦਿੱਤਾ ਕਦੇ ਲੋਭ ਨੇ ਕਦੇ ਮੋਹ ਨੇ ਕਦੇ ਹੰਕਾਰ ਨੇ ਇਹਨਾਂ ਵਿਸ਼ਿਆਂ ਵਕਾਰਾਂ ਨੇ ਇਸ ਜੀਵ ਨੂੰ ਤੰਗ ਕੀਤਾ ਹੋਇਆ ਜਿਵੇਂ ਜਿਵੇਂ ਉਮਰ ਵੱਧ ਰਹੀ ਹੈ ਉਸੇ ਤਰ੍ਹਾਂ ਇਹ ਵਿਸ਼ੇ ਵਕਾਰ ਰੂਪੀ ਜ਼ਹਿਰ ਵੱਧ ਰਹੀ ਹੈ ਤੇ ਇਹਨਾਂ ਕਰਕੇ ਹੀ ਉਹ ਤੰਗ ਹੋ ਰਿਹਾ ਤੇ ਮਹਾਰਾਜ ਸਹਿਬ ਜੀ ਕਹਿੰਦੇ ਐ ਜੇ ਜੀਵਨ ਦੇ ਵਿੱਚ ਸਿਮਰਨ ਨਹੀਂ ਹੈ ਤੇ ਇਹ ਇਸੇ ਤਰ੍ਹਾਂ ਮਤੀਤ ਹੁੰਦਾ ਜਾਵੇਗਾ ਜਿਵੇਂ ਸੱਪ ਦੀ ਆਰਜੂ ਉਮਰ ਹੈ ਬਿਨ ਸਿਮਰਨ ਜੋ ਜੀਵਨ ਬਲਣਾ ਬਨ ਰਿਹਾ ਸਰਪ ਜੈਸੇ ਅਰਜਾਰੀ ਤੇ ਕਹਿੰਦੇ ਇਸੇ ਤਰ੍ਹਾਂ ਦੀ ਹਾਲਤ ਇਸ ਜੀਵ ਦੀ ਹੁੰਦੀ ਹੈ ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਜੇ ਪਤਾ ਹੈ ਕਿ ਸਿਮਰਨ ਕਰਨ ਦੇ ਨਾਲ ਇਹ ਸਾਰਾ ਕੁਝ ਤੇਰੇ ਵਿਸ਼ੇ ਵਿਕਾਰ ਰੂਪੀ ਜ਼ਹਿਰ ਦੂਰ ਹੋ ਜਾਏਗੀ ਤੇ ਫਿਰ ਤੂੰ ਕਿਉਂ ਨਹੀਂ ਸਿਮਰਨ ਕਰਦਾ ਤੈਨੂੰ ਸਿਮਰਨ ਕਰਨਾ ਪਾਏਗਾ ਜੇ ਤੂੰ ਆਪਣਾ ਭਲਾ ਚਾਹੁੰਨਾ ਹੈ ਜੇ ਤੂੰ ਲੋਕ ਤੇ ਪ੍ਰਲੋਕ ਨੂੰ ਸਵਾਰਨਾ ਚਾਹੁੰਨਾ ਹੈ ਤੇ ਕਹਿੰਦੇ ਸਿਮਰਨ ਕਰ ਪ੍ਰਭੂ ਦਾ ਸਿਮਰਨ ਕਰਕੇ ਵੇਖ ਕੈਸੀਆਂ ਪ੍ਰਾਪਤੀਆਂ ਮਿਲਦੀਆਂ ਨੇ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹੇ ਸਮਾਏ ਤੇ ਫਿਰ ਹਿਰਦੇ ਅੰਦਰ ਪ੍ਰਭੂ ਪਰਮੇਸ਼ਰ ਦਾ ਅੰਮ੍ਰਿਤ ਰੂਪੀ ਨਾਮ ਵਸ ਜਾਂਦਾ ਸਿਮਰਨ ਕਰਕੇ ਵੇਖ ਮਨ ਨੂੰ ਸੰਬੋਧਨ ਕਰਦੇ ਸਿਮਰ ਮਨਾ ਰਾਮ ਨਾਮ ਚਿਤਾਰੀ ਮਨ ਨੂੰ ਸੰਬੋਧਨ ਕਰਕੇ ਕਹਿੰਦੇ ਆ ਮਨਾ ਪ੍ਰਭੂ ਦਾ ਸਿਮਰਨ ਕਰ ਸਿਮਰ ਮਨਾ RAM ਨਾਮ ਚੇਤਾਰੇ RAM ਦੇ ਨਾਮ ਨੂੰ ਚੇਤੇ ਕਰ ਹਿਰਦੇ ਅੰਦਰ ਪ੍ਰਭੂ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰ ਚਿੰਤਨ ਕਰ ਸਿਮਰ ਮਨਾ RAM ਨਾਮ ਚੇਤਾਰੇ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ ਕਹਿੰਦੇ ਬਸ ਹਿਰਦੇ ਦੇ ਵਿੱਚ ਉਹ ਪ੍ਰਭੂ ਦੇ ਪਿਆਰੇ ਚਰਨਾਂ ਨੂੰ ਵਸਾਲ ਹੈ ਇਹੀ ਰਹਿਣੇ ਚਾਹੀਦੇ ਨੇ ਹਿਰਦੇ ਵਿੱਚ ਪ੍ਰਭੂ ਦੇ ਪਿਆਰੇ ਚਰਨ ਜਿਵੇਂ ਭਾਈ ਗੋਦਾ ਜੀ ਨੇ ਆਪਣੇ ਸਾਹਿਬ ਸਤਿਗੁਰ ਪਾਤਸ਼ਾਹ ਜੀ ਦੇ ਪ੍ਰਤੱਖ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਐਨ ਘੁੱਟ ਕੇ ਪਕੜ ਕੇ ਰੱਖਿਆ ਵਸਾਈ ਲਿਆ ਆਪਣੇ ਹਿਰਦੇ ਵਿੱਚ ਪ੍ਰਭੂ ਦੇ ਚਰਨਾਂ ਨੂੰ ਆਪਣੇ ਪਰਮੇਸ਼ਰ ਦੇ ਚਰਨਾਂ ਨੂੰ ਆਪਣੇ ਪਿਆਰੇ ਦੇ ਚਰਨਾਂ ਨੂੰ ਐਨ ਘੁੱਟ ਕੇ ਪਕੜ ਕੇ ਬੰਦਗੀ ਵਿੱਚ ਸਿਮਰਨ ਵਿੱਚ ਬੈਠੇ ਆ ਭਾਈ ਗੋਂਦਾ ਜੀ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਬਹੁਤ ਪ੍ਰੇਮ ਵਾਲੇ ਸਿੱਖ ਭਾਈ ਗੋਂਦਾ ਜੀ ਜਿਨ੍ਹਾਂ ਨੂੰ ਮਹਾਰਾਜ ਸਾਹਿਬ ਜੀ ਨੇ ਗੁਰਮਤਿ ਦੇ ਪ੍ਰਚਾਰ ਔਰ ਪ੍ਰਸਾਰ ਵਾਸਤੇ ਕਾਬਲ ਦੇ ਅੰਦਰ ਭੇਜਿਆ ਸੀ ਸੇਵਾ ਵਾਸਤੇ ਕਾਬਲ ਦੇ ਅੰਦਰ ਭਾਈ ਗੋੰਦਾ ਜੀ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਨ ਤੇ ਮਹਾਰਾਜ ਸਾਹਿਬ ਜੀ ਦੇ ਨਾਲ ਪ੍ਰੇਮ ਦੀ ਐਸੀ ਖਿੱਚ ਬਣੀ ਹੈ ਆਪਣੇ ਪ੍ਰਭੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਐਨ ਘੁੱਟ ਕੇ ਪਕੜ ਕੇ ਸਮਾਧੀ ਵਿੱਚ ਬਹਿ ਗਏ ਸਿਮਰਨ ਵਿੱਚ ਬਹਿ ਗਏ ਇਹ ਹੈ ਪ੍ਰੇਮ ਇਹਨੂੰ ਕਹਿੰਦੇ ਆ ਸਿਮਰਨ ਵਸ ਰਹੇ ਹਿਰਦੈ ਗੁਰ ਚਰਨ ਪਿਆਰੇ ਕਿ ਸਿਮਰਨ ਐਸਾ ਹੋਵੇ ਆਪਣੇ ਪਿਆਰੇ ਦੇ ਚਰਨ ਹਿਰਦੇ ਵਿੱਚ ਵਸੇ ਹੋਣ ਔਰ ਅੱਜ ਉਹੀ ਚਰਨ ਨਾਮ ਰੂਪੀ ਚਰਨ ਚਿੱਤ ਚਰਨ ਨਾਮ ਅੰਮ੍ਰਿਤ ਰੂਪੀ ਨਾਮ ਦੇ ਜਿਹੜੇ ਚਰਨ ਨੇ ਪ੍ਰਭੂ ਦੇ ਉਹ ਆਪਣੇ ਹਿਰਦੇ ਵਿੱਚ ਵਸਾਉਣ ਦਾ ਮਹਾਰਾਜ ਸਾਹਿਬ ਕਹਿੰਦੇ ਐ ਕਿ ਪ੍ਰਭ ਕੇ ਸਿਮਰਨ ਪ੍ਰਭੂ ਦਾ ਸਿਮਰਨ ਐਸਾ ਕਰ ਸਿਮਰ ਮਨਾ RAM ਨਾਮ ਚਿਤਾਰੇ ਬਸ ਰਹੇ ਹਿਰਦੈ ਗੁਰ ਚਰਨ ਪਿਆਰੇ ਆਪਣੇ ਹਿਰਦੇ ਵਿੱਚ ਬਸ ਕਹਿੰਦੇ ਪ੍ਰਭੂ ਦੇ ਪਿਆਰੇ ਨਾਮ ਨੂੰ ਪੀ ਚਰਨ ਵਸ ਜਾਣ ਐਸਾ ਸਿਮਰਨ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਐ ਵੇਖ ਤੇ ਸਈ ਤੇ ਤੈਨੂੰ ਕੈਸੀਆਂ ਪ੍ਰਾਪਤੀਆਂ ਮਿਲਦੀਆਂ ਨੇ ਸੋ ਸਤਿਗੁਰ ਪਾਤਸ਼ਾਹ ਕਿਰਪਾ ਕਰਨ ਸਾਨੂੰ ਇਹ ਸੋਝੀ ਆ ਜਾਏ ਅਸੀਂ ਵੀ ਗੁਰੂ ਪਾਤਸ਼ਾਹੀ ਦੇ ਇਹਨਾਂ ਬਚਨਾਂ ਨੂੰ ਕਮਾ ਸਕੀਏ ਤੇ ਸਿਮਰਨ ਵਿੱਚ ਅਸੀਂ ਵੀ ਜੁੜੀਏ ਸਿਮਰਨ ਕਰਦੇ ਕਰਦੇ ਮਹਾਰਾਜ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰਪ੍ਰਭ ਆਪੇ ਮਿਲੇ ਐਸੀਆਂ ਵਿਚਾਰਾਂ ਕਰਦਿਆਂ ਦਾਸ ਕੋਲੋਂ ਅਨੇਕ ਪ੍ਰਕਾਰ ਦੀਆਂ ਤਰੋਟੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਜੀ ਅਨਜਾਨ ਬੱਚੇ ਸਮਝ ਕੇ ਖਿਮਾ ਕਰਨੀ ਅੱਗੇ ਵਾਸਤੇ ਸਮਤ ਬਖਸ਼ਣੀ ਸੋਧ ਸਪਸ਼ਟ ਬਾਣੀ ਪੜਨ ਸੁਣ ਵਿਚਾਰ ਕਰਨ ਦੇ ਬਲ ਅਤੇ ਬੰਦਮਕਸ਼ਿਸ਼ ਕਰਨਾ ਆਓ ਇੱਚੇ ਸਮਾ ਸਮਾਪਤਾ ਮਲਾਫਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਨਿਤਨੇਮ ਅੰਮ੍ਰਿਤਮਈ ਬਾਣੀ ਕਥਾ ਕੀਰਤਨ ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ग्लोबल गुरबानी ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ